पंजाब विच नशा इस कदर वध गया है कि नशे नूं लैके आए दिन झगड़े होंदे मामले सामने आउंदे ही रहिंदे हन। ताजा मामला अमृतसर दे हलका पूर्वी अधीन आउंदे इलाका वेरका दा है, जिथे गुंडागर्दी दा नंगा नाच वेखण नूं मिलिया, जिथे नजायज शराब खरीदण गए दो व्यक्तियां नूं मोहल्ला निवासियां वल्लों बुरी तरह कुटमार कीती गई। जानकारी दिंदे होए साम सिंह ने दस्सिया कि उन्हां नूं किसे व्यक्ति ने दस्सिया सी कि न्यू आजाद नगर च सस्ती शराब मिलती है। जदो शराब लैण गए ते उत्थे मोहल्ला निवासियां ने उन्हां नाल कुटमार कीती ते उन्हां दी एक्टिवा ते कागज़ भी रख ले। जदो थोड़ी देर बाद अपने साथियों नूं नाल लैके गए ते मोहल्ला निवासियां ने उन्हां नाल भी कुटमार कीती ते उह उत्थों भज आए ते शाम सिंह मुताबिक उन्हां दा एक साथी उत्थे ही रह गया, जिस नाल मोहल्ला निवासियां ने बहुत कुटमार कीती। जदों वो अपने साथी नूं उन्हां दे कब्जे तो छुड़ाउण लई गए ते उस समय वो हथियार लैके गए, जिस दी सीसीटीवी वीडियो उन्हां ने पुलिस ते मीडिया नूं दिखा के आप सच्चे बन गए हन। अते साम सिंह ने पुलिस तो मांग कीती है कि इस केस दी निरपक्षता नाल जांच कीती जावे ते उन्हां नूं इंसाफ दित्ता जावे। ਭਾਜੀ ਤੁਹਾਡਾ ਨਾਮ ਪਹਿਲੋ? ਸ਼ਾਮ ਸਿੰਘ ਜੀ। ਸ਼ਾਮ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਮੈਂ ਵੇਰਕਾ ਇੰਦਰਾ ਕਲੋਨੀ ਜੀ। ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ 'ਚ ਤੁਹਾਡੇ ਤੇ ਐਲੀਗੇਸ਼ਨ ਲੱਗ ਰਹੇ ਕਿ ਤੁਸੀਂ ਕਾਫੀ ਤੋੜ ਭੰਨ ਕੀਤੀ ਸੀ, ਕੀ ਮਾਮਲਾ ਕੀ ਹੈ ਸਾਰਾ? ਮਾਮਲਾ ਸਰ ਇਹੀ ਤੇ ਬਸ ਦੇਸੀ ਦਾਰੂ ਹੈਗੀ, ਉਦਾਂ ਦੇ ਮਹੱਲੇ 'ਚੋਂ ਕਿਸੇ ਬੰਦੇ ਨੇ ਸਾਨੂੰ ਦੱਸਿਆ ਸੀਗਾ ਵੀ ਮਿਲਦੀ ਹੈ। ਅੱਛਾ ਜੀ। ਉਹਨਾਂ ਦੇ ਦੱਸਣ ਦੇ ਸੰਬੰਧ 'ਚ ਉਹਨਾਂ ਜਦੋਂ ਸਾਨੂੰ ਦੱਸਿਆ ਤੇ ਅਸੀਂ ਉਹਨਾਂ ਦੇ ਦੱਸਣ ਕਰਕੇ ਤੇ ਇੱਥੇ ਕੰਮ 'ਤੇ ਲੱਗੇ ਹਾਂ, ਅਸੀਂ ਚੱਲ ਗਏ ਲੈਣ। ਲੈਣ ਚੱਲ ਗਏ ਅਤੇ ਲੈ ਕੇ ਉੱਥੋਂ ਵਾਪਸ ਹੋਣ ਲੱਗੇ ਹਾਂ ਅਤੇ ਉੱਥੇ ਇੱਕ ਹੀਰਾ ਸਿੰਘ ਆ ਅਤੇ ਪੁਲਿਸ ਮੁਲਾਜ਼ਮ ਆਪਣੇ ਆਪ ਨੂੰ ਦੱਸਦਾ ਸੀਗਾ, ਉਹਨੇ ਇਹ ਵੀਰ ਦੇ ਇੱਕ ਮੇਰੇ ਨਾਲ ਵੀਰ ਸੀਗਾ ਉਹਦੇ ਪਹਿਲਾਂ ਚਪੇੜਾਂ ਮਾਰੀਆਂ। ਮੈਂ ਉਹਨੂੰ ਕਿਹਾ ਭਾਜੀ ਸਾਡੇ ਚਪੇੜਾਂ ਕਿਉਂ ਮਾਰਦੇ ਜੇ, ਅਤੇ ਉਹਨਾਂ ਨੇ ਮਤਲਬ ਚਪੇੜਾਂ ਮਾਰਨ ਤੋਂ ਬਾਅਦ ਮੇਰੇ ਵੀ ਚਪੇੜਾਂ ਮਾਰੀਆਂ, ਮੇਰਾ ਪਰਨਾ ਲੱਥਾ, ਮੈਂ ਪਰਨਾ ਫੜ ਲਿਆ ਆਪਣਾ। ਪਰਨਾ ਫੜਨ ਤੋਂ ਬਾਅਦ 'ਚ ਮੈਨੂੰ ਸਾਨੂੰ ਉਹਨੇ ਜਾਤੀ ਦੇ ਵਿਰੁੱਧ ਜਿਹੜੇ ਆ ਗਲਤ, ਬਹੁਤ ਜ਼ਿਆਦਾ ਗਲਤ ਸ਼ਬਦ ਬੋਲੇ ਆ ਵੀ ਕੁੱਤੇ ਚੂੜਿਓ, ਇਹਨਾਂ ਨੇ ਵੀ ਚੂੜਿਆਂ ਨੇ ਗੰਦ ਪਾਇਆ ਇੱਥੇ ਅਤੇ ਤੁਸੀਂ ਵੀ ਚੂੜੇ ਬੰਦੇ ਜਿਹੜੇ ਲੈਣ ਆਉਂਦੇ ਜੀ ਇੱਥੇ। ਹਾਂਜੀ। ਅਤੇ ਉਸ ਤੋਂ ਬਾਅਦ ਕੀ ਹੋਇਆ ਇੰਸੀਡੈਂਟ, ਕੀ ਲੜਾਈ ਤੱਕ ਕਿਉਂ ਨੌਬਤ ਪਹੁੰਚੀ? ਲੜਾਈ ਤੱਕ ਸਰ ਅਸੀਂ ਆਣ ਕੇ ਮੁੜ ਕੇ ਜਦੋਂ ਸ਼ਰਾਬ ਲੈ ਕੇ ਸ਼ਰਾਬ ਤੇ ਲੈਲੀ ਉਹਨਾਂ ਖੋਲੀ, ਚਾਬੀ ਵੀ ਖੋਲੀ, ਪੈਸੇ ਵੀ ਖੋਲੇ। ਹਾਂਜੀ, ਪੈਸੇ ਵੀ ਖੋਲੇ ਮੁੜ ਕੇ ਸਾਡੇ ਕੋਲ। ਜਦੋਂ ਮੁੜ ਕੇ ਉਹਨਾਂ ਨੇ ਚਾਬੀ ਦਿੱਤੀ ਆ, ਆਣ ਕੇ ਅਸੀਂ ਘਰ ਆਪਣੀ ਜਦੋਂ ਆਪਣੇ ਭਰਾਵਾਂ ਨੂੰ ਦੱਸਿਆ, ਭਰਾਵਾਂ ਨੂੰ ਦੱਸਣ ਤੋਂ ਬਾਅਦ ਜਦੋਂ ਅਸੀਂ ਆਣ ਕੇ ਆਪਣੇ ਕਾਗਜ਼ ਵੇਖੇ ਗੱਡੀ ਦੇ, ਤਾਂ ਸਾਡੀ ਗੱਡੀ ਦੇ ਵਿੱਚ ਕੋਈ ਕਾਗਜ਼ ਨਹੀਂ ਹੈਗਾ, ਇੱਕ ਬਿੱਲ ਮੇਰੀ ਸਕੂਟਰੀ ਦਾ ਉਹ ਪਿਆ ਆ, ਉਹ ਜਦੋਂ ਤੁਸੀਂ ਕਹੋ ਮੈਂ ਵਿਖਾ ਸਕਦਾ ਤੁਹਾਨੂੰ। ਅਤੇ ਜਦੋਂ ਜਿਹੜੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਜਿਹ 'ਚ ਕਾਫੀ ਮੁੰਡੇ ਜਿਹੜੇ ਭੱਜ ਕੇ ਜਾ ਰਹੇ, ਕਿਸ ਕਿਉਂ ਭੱਜੇ ਸੀਗੇ ਉਸ ਟਾਈਮ 'ਤੇ, ਕੀ ਕਾਰਨ ਕੀ ਸੀਗਾ? ਕੋਈ ਤੁਹਾਡੇ ਬੰਦੇ ਦੀ ਉੱਥੇ ਕੋਈ ਕਿਸੇ ਨੂੰ ਉੱਥੇ ਰੱਖਿਆ ਗਿਆ ਸੀਗਾ, ਕੀ ਸੀਗਾ ਮਾਮਲਾ ਸਰ? ਉਹ ਸਰ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਬੰਦੇ ਜਦੋਂ ਸਾਨੂੰ ਚਪੇੜਾਂ ਮਾਰੀਆਂ ਗੀਆਂ, ਸਾਨੂੰ ਉਹਨੇ ਧਮਕੀ ਲਾਈ ਵੀ ਮੈਂ ਮੁਲਾਜ਼ਮ ਹਾਂ ਤੁਹਾਨੂੰ ਨਹੀਂ ਪਤਾ, ਅਤੇ ਨਾਲੇ ਗਲਤ ਸ਼ਬਦ ਬੋਲੇ ਜਾਤੀ ਦੇ ਪ੍ਰਤੀ, ਅਤੇ ਫਿਰ ਉਹਨੇ ਕਿਹਾ ਵੀ ਇਹ ਤੁਸੀਂ ਜਦੋਂ ਮੇਰੇ ਕਾਗਜ਼ ਨਹੀਂ ਮਿਲੇ ਸੀ ਵੀ ਲੈਣ, ਪੁੱਛਣ ਗਏ ਨਾ ਮੇਰੇ ਬ੍ਰਦਰ ਜਿੰਨੇ ਗਏ ਆ ਨਾਲ, ਜਦੋਂ ਪੁੱਛਣ ਗਏ ਤਾਂ ਉਹਨਾਂ ਨੇ ਮੁੜ ਕੇ ਉੱਥੇ ਫਿਰ ਗਲਤ ਮਲਤ ਬੋਲੇ ਆ, ਪੁੱਛਣ ਗਏ ਨੇ ਉਹਨਾਂ ਨੇ ਰੋੜਾ ਰੱਪਾ ਚਲਾ ਕੇ ਅਤੇ ਸਾਨੂੰ ਭਜਾਉਣ ਦੀ ਫਿਰ ਕੋਸ਼ਿਸ਼ ਕੀਤੀ, ਅਤੇ ਚਲੋ ਉਹਨਾਂ ਨੇ ਕੀ ਕੀਤਾ ਵੀ ਜਦੋਂ ਰੋੜੇ ਮਾਰੇ ਆ ਅਸੀਂ ਭੱਜ ਆਏ, ਸਾਡਾ ਇੱਕ ਵੀਰ ਹੀ ਸਾਡੇ ਨਾਲ ਗਿਆ, ਇਹ ਵੱਡਾ ਵੀਰ ਆ ਸਾਡਾ, ਪੁੱਛਣ ਗਿਆ ਉਹਦੇ ਮਤਲਬ ਜਦੋਂ ਉਹ ਉੱਥੇ ਕੋਈ ਭੱਜਾ ਨਹੀਂ ਗਿਆ, ਸਰੀਰ ਦਾ ਭਾਰਾ ਸੀ, ਅਤੇ ਉਹ ਪੁੱਛਣ ਲੱਗਿਆ ਅਤੇ ਉਹਨੂੰ ਫੜ ਕੇ ਉਹਨਾਂ ਨੇ ਆਪਣੇ ਮਹੱਲੇ ਦੇ ਵਿੱਚ ਹੀ ਅਤੇ ਮਤਲਬ ਘਰੀਸ ਕੇ ਆਪਣੇ ਬੂਹਿਆਂ ਦੇ ਗਾੜੀ ਕੁੱਟ ਕੇ ਅਤੇ ਉੱਥੇ ਲੰਮੇ ਪਾ ਤਾ, ਆਪਣੇ ਵੱਲੋਂ ਉਹਨਾਂ ਨੇ ਮਾਰਤਾ ਅਤੇ ਜਦੋਂ ਅਸੀਂ ਲੈਣ ਗਏ ਆ ਨਾ ਫਿਰ ਦੁਬਾਰੇ ਅਸੀਂ ਲੈਣ ਜਾਣਾ ਸੀ, ਕਿਤੇ ਸਾਰੇ ਅਸੀਂ ਉੱਦਾਂ 'ਤੇ ਜਾ ਨਹੀਂ ਨਾ ਸਕਦੇ, ਹੈ ਨਾ, ਵੀ ਸਾਡੇ 'ਤੇ ਫਿਰ ਕੋਈ ਅਟੈਕ ਨਾ ਕਰ ਦੇਣਾ, ਅਸੀਂ ਕੁਛ ਨਾ ਕੁਛ ਆਪਣੇ ਦਾਤਰੀ ਕੋਈ ਥੋੜ੍ਹਾ ਕੁਛ ਵੀ ਲੈ ਕੇ ਜਾਣਾ ਹੀ। ਕਹਿੰਦਾ ਮਤਲਬ ਕਿ ਸੈਲਫ ਡਿਫੈਂਸ ਵਾਸਤੇ ਤੁਸੀਂ ਲੈ? ਜੀ, ਆਪਣੀ ਸੇਫਟੀ ਵਾਸਤੇ ਤਾਂ ਕੁਛ ਨਾ ਕੁਛ ਲੈ ਕੇ ਹੀ ਜਾਣਾ ਸੀ। ਹਾਂਜੀ। ਅਤੇ ਹੁਣ ਜਿਹੜਾ ਉਸ ਤੋਂ ਬਾਅਦ ਜਿਹੜਾ ਬੰਦਿਆਂ 'ਤੇ ਕਾਰਵਾਈ ਕੋਈ ਹੋਈ ਹੈ ਤਾਂ ਉਹਨਾਂ ਦੇ ਜਿੰਨਾ ਜਿਹੜੇ ਸ਼ਰਾਬ ਵੇਚਦੇ ਪਏ ਸੀ ਕੋਈ ਕਾਰਵਾਈ ਹੋਈ ਉਹਨਾਂ ਦੇ ਤੱਕ? ਜਿਹੜੇ ਸਰ ਸ਼ਰਾਬ ਵੇਚਦੇ ਸੀ ਉਹਨਾਂ 'ਤੇ ਤਾਂ ਪਰਚੇ ਹੋ ਗਏ, ਉਹਨਾਂ ਨੇ ਉਹਨਾਂ ਨੂੰ ਮਹੱਲਿਆਂ 'ਚੋਂ ਵੀ ਕੱਢਤਾ, ਅਤੇ ਪਰ ਸਾਡਾ ਜਿਹੜਾ ਬੰਦਾ ਵਾ ਸੀਰੀਅਸ ਪਿਆ ਵਾ ਉਹ ਪਤਾ ਨਹੀਂ ਉੱਥੋਂ ਵੀ ਇਹਨੂੰ ਛੁੱਟੀ ਦੇ ਦਿੱਤੀ ਆ। ਉਹ ਹੁਣ ਕੱਲ੍ਹ ਨੂੰ ਉਹਦੇ ਬੱਚੇ ਛੋਟੇ ਛੋਟੇ ਉਹ ਮਰ ਜੇ ਅਤੇ ਉਹਦਾ ਜ਼ਿੰਮੇਵਾਰ ਕੌਣ ਹੈ ਜਿਹਨੂੰ ਉਹਨਾਂ ਨੇ ਧੂ ਕੇ ਆਪਣੇ ਘਰਾਂ ਦੇ ਗਾੜੀ ਸੁੱਟ ਲਿਆ ਸਾਰੇ ਮਹੱਲੇ ਨੇ? ਜਿਹੜੇ ਜਾਤੀ ਸੂਚਕ ਵਰਡ ਜਿਹੜੇ ਤੁਹਾਡੇ ਲਈ ਵਰਤੇ ਗਏ, ਕੀ ਉਹਦੇ ਲਈ ਤੁਸੀਂ ਕਿਸੇ ਨੇਤਾ ਨੂੰ ਵੀ ਮਿਲਣ ਜਾ ਰਹੇ ਹੋ? ਅਸੀਂ ਸਰ ਜਾਵਾਂਗੇ, ਅਸੀਂ ਜਾਵਾਂਗੇ, ਅਸੀਂ ਸਾਰੇ ਹੈਗੇ ਆਪਣੇ ਰਾਜਕੁਮਾਰ ਸਰ ਆ ਉਹਨਾਂ ਦੇ ਕੋਲ ਜਾਵਾਂਗੇ ਅਤੇ ਉਹਨਾਂ ਦੇ ਗਾੜੀ ਵੀ ਅਪੀਲ ਕਰਾਂਗੇ ਵੀ ਸਾਨੂੰ ਜਿਹੜਾ ਵਾ ਇਹ ਜਾਤੀਵਾਦੀ ਵਾਸਤੇ ਜਿਹੜਾ ਗਲਤ ਸ਼ਬਦ ਬੋਲੇ ਆ, ਚੂੜਾ ਚਪੱਟਾ ਬੋਲਿਆ ਵਾ ਉਹ ਬੰਦਿਆਂ ਨੇ ਅਤੇ ਕਿਉਂ ਬੋਲਿਆ।
ਕਰ ਲਈ ਭਾਜੀ ਜਾਇਦਾਦ ਹੋ ਗਈ ਜ਼ੀਰੋ ਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਾਈ ਸੰਦੀਪ ਸਿੰਘ ਸੰਦੀਪ ਸਿੰਘ ਜੀ ਕੀ ਹੋਇਆ ਸੀਗਾ ਜਿਹੜਾ ਤੁਹਾਡਾ ਇੰਸੀਡੈਂਟ ਹੋਇਆ ਸੀਗਾ ਕੀ ਹੋਇਆ ਸੀਗਾ ਅਤੇ ਜਿਹੜੀ ਤੁਹਾਨੂੰ ਲੜਾਈ ਝਗੜਾ ਹੋਇਆ ਕੀ ਹੋਇਆ ਸੀਗਾ ਅਸੀਂ ਭਾਜੀ ਇੱਧਰ ਗਏ ਹਾਂ ਸ਼ਰਾਬ ਲੈਣ ਉੱਧਰ ਮਹੱਲੇ ਨੇ ਦੱਸਿਆ ਸੀ ਕਿਸੇ ਨੇ ਦੱਸਿਆ ਕਿ ਸ਼ਰਾਬ ਉੱਥੇ ਵਿਕਦੀ ਹੈ ਸ਼ਰਾਬ ਲੈਣਗੇ ਅਤੇ ਇੱਦਾਂ ਬੋਤਲ ਫੜੀ ਬਾਹਰੋਂ ਆਏ ਉੱਧਰ ਲਫਾਫਾ ਜਿਹਾ ਫੜਾਇਆ ਨਿਗਾਇਆ ਅਸੀਂ ਬਾਹਰ ਆ ਕੇ ਸਕੂਟੀ ਰੱਖਣ ਦੇ ਅਤੇ ਉਹਨਾਂ ਦਾ ਮੁੰਡਾ ਨਿਕਲਿਆ ਹੀਰੇ ਦਾ ਅਤੇ ਉਹਨੇ ਨਿਕਲ ਕੇ ਅਤੇ ਆਪਣੇ ਪਾਪਾ ਨੂੰ ਆਵਾਜ਼ ਮਾਰੀ ਉਹਨੇ ਉਹਦਾ ਚਪੇੜਾ ਮਾਰਤੀਆਂ ਮੇਰੇ ਹੀਰਾ ਸਿੰਘ ਕੌਣ ਹੈ ਹੀਰਾ ਸਿੰਘ ਉੱਧਰ ਦੇ ਸਾਹਮਣੇ ਕੋਈ ਉੱਧਰ ਦੇ ਗਲੀ ਦੇ ਹੀ ਆ ਕੋਈ ਹਾਂਜੀ ਕੋਈ ਪੁਲਿਸ ਮੁਲਾਜ਼ਮ ਹਾਂਜੀ ਪੁਲਿਸ ਮੁਲਾਜ਼ਮ ਹੈ ਅੱਛਾ ਜੀ ਉਹਨਾਂ ਨੇ ਮੇਰੇ ਚਪੇੜਾ ਮਾਰਤੀ ਆ ਫਿਰ ਲਾਗੇ ਭਾਜੀ ਸੀ ਮੇਰੇ ਨਾਲ ਉਹਨਾਂ ਦੇ ਵੀ ਉਹਨੇ ਚਪੇੜ ਮਾਰਤੀ ਉਹ ਪਰਨਾ ਪੁਰਨਾ ਲਾਤਾ ਤੇ ਫਿਰ ਇਹਨਾਂ ਨੂੰ ਗਲਤ ਵਰਡ ਵੀ ਬੋਲੇ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਲੜਾਈ ਦੀ ਉਹ ਕੀ ਮਾਮਲਾ ਕੀ ਸੀਗਾ ਸਾਰਾ ਕਿਸ ਤਰ੍ਹਾਂ ਹੋਇਆ ਸੀਗਾ ਸਾਰਾ ਵਾਕਿਆ ਕਿਸੇ ਨੂੰ ਲੈਣ ਵਾਸਤੇ ਗਏ ਤੁਸੀਂ ਤਾਂ ਕਰਕੇ ਹਾਂਜੀ ਹਾਂਜੀ ਬਾਈ ਉਹ ਪਹਿਲਾਂ ਤਾਂ ਜਿੱਦਾਂ ਆਏ ਹਾਂ ਤੇ ਸਕੂਟਰੀ ਦੇ ਉਹਨਾਂ ਨੇ ਕਾਗਜ਼ ਵੀ ਚਾਬੀ ਖੋਲੀ ਵੱਡੇ ਭਾਜੀ ਕੋ ਉਹਨਾਂ ਨੇ ਤੇ ਚਪੇੜ ਮਾਰ ਕੇ ਚਾਬੀ ਖੋਲੀ ਤੇ ਫਿਰ ਉਧਰੋਂ ਹੀ ਘਰ ਆਏ ਬਾਅਦ ਚੋਂ ਤੇ ਘਰ ਆਣ ਕੇ ਭਰਾਵਾਂ ਨੂੰ ਦੱਸਿਆ ਕਿ ਇੱਦਾਂ ਇੱਦਾਂ ਗੱਲਬਾਤ ਵੀ ਹੋਈ ਆ ਤੇ ਉਹ ਫਿਰ ਨਾਲ ਗਏ ਤੇ ਅਸੀਂ ਪੁੱਛੇ ਨਹੀਂ ਚਾਰ ਪੰਜ ਜਾਣੇ ਗਏ ਕਿ ਇੱਦਾਂ ਉਹ ਕਹਿੰਦੇ ਸਲਾਹ ਪੁੱਛਦੇ ਹਾਂ ਕਿ ਭਲਾ ਤੁਹਾਡੇ ਚਪੇੜ ਮਾਰਦਾ ਤਾਂ ਕੋਈ ਉਹਨਾਂ ਦਾ ਫਰਜ਼ ਹੀ ਨਹੀਂ ਬਣਦਾ ਕਿ ਗੱਲਬਾਤ ਉਹਨਾਂ ਨੂੰ ਡੱਕਣ ਜੋ ਮਰਜ਼ੀ ਉਹਨਾਂ 'ਤੇ ਬਣਦਾ ਕੇਸ ਉਹ ਤੇ ਕਹਿੰਦੇ ਅਸੀਂ ਆਪ ਕਹਿੰਦੇ ਕਿ ਉਹਨਾਂ ਨੂੰ ਫੜਾਓ ਕਿ ਅਸੀਂ ਵੀ ਉੱਥੇ ਵਗਤਾ ਕਿ ਇਹਨਾਂ ਕੋਲ ਲਈ ਸ਼ਰਾਬ ਉਹਨਾਂ ਨਾਮ ਹੀ ਲੈ ਲਿਆ ਤੇ ਫਿਰ ਅਸੀਂ ਕਾਗਜ਼ ਲੈਣ ਗਏ ਇੱਦਾਂ ਤੇ ਉਹਨਾਂ ਨੇ ਫਿਰ ਉਹ ਵੱਡਾ ਭਰਾ ਸੀ ਇੱਕ ਉਹ ਰਹਿ ਗਿਆ ਕੋਈ ਭਾਰਾ ਸਰੀਰ ਹੀ ਭੱਜਿਆ ਨਹੀਂ ਗਿਆ ਤੇ ਉਹਨਾਂ ਦੇ ਉਹਨੇ ਵਾਹਵਾ ਕੁੱਟ ਮਾਰ ਕੀਤੀ ਗੰਡਾਸੀਆਂ ਗੰਡੂਸੀਆਂ ਮਾਰੀਆਂ ਤੇ ਰਾਟਾ ਰੂਟਾ ਮਾਰੀਆਂ ਤੇ ਉਹਨੂੰ ਧੂ ਕੇ ਬੂਹੇ ਅੱਗੇ ਸੁੱਟਤਾ ਤੇ ਫਿਰ ਅਸੀਂ ਇੱਧਰ ਭੱਜੇ ਭੱਜਿਆਂ ਨੂੰ ਤਾਂ ਉਹਨਾਂ ਨੇ ਭਜਾਤਾ ਪਾਣ ਕੇ ਪਿੰਡ 'ਚ ਦੱਸਿਆ ਕਿ ਇੱਦਾਂ ਇੱਦਾਂ ਗੱਲਬਾਤ ਆ ਤੇ ਫਿਰ ਸਾਰੇ ਸਾਡੇ ਨਾਲ ਗਏ ਮੁੰਡੇ ਯਾਰ ਦੋਸਤ ਫਿਰ ਨਾਲ ਜਾ ਕੇ ਤੇ ਇੱਦਾਂ ਗਏ ਤੇ ਫਿਰ ਉਹਨਾਂ ਨੇ ਵੀਡੀਓ ਬਾਕੀ ਬਾਅਦ 'ਚ ਵਾਇਰਲ ਹੋਈ ਬਣਾਈ ਉਹਨਾਂ ਨੇ ਤੇ ਉਹ ਤੁਹਾਨੂੰ ਕੋਈ ਉਹਨਾਂ ਜਾਤੀ ਸੂਚਕ ਵਰਡ ਵੀ ਬੋਲੇ ਨੇ ਕੋਈ ਖਾਸ ਕੀ ਕਹਿੰਦੇ ਸੀ ਕਹਿੰਦੇ ਸੀ ਕੁੱਤੇ ਉਹ ਚੂੜਿਓ ਉਧਰੋਂ ਚੂੜੇ ਆ ਸ਼ਰਾਬ ਵੇਚਦੇ ਤੇ ਉਧਰੋਂ ਤੁਸੀਂ ਵੀ ਆ ਜਾਂਦੇ ਜੇ ਲੈਣ ਚੂੜਿਓ ਸ਼ਰਾਬ ਤੇ ਇੱਦਾਂ ਵਾਵਾ ਮੰਦਾ ਚੰਗਾ ਗਾਲ ਮੰਦਾ ਵੀ ਸਾਨੂੰ ਕੀਤਾ ਤੇ ਇਹਦੇ ਹੁਣ ਇਹਦੇ ਲਈ ਕੋਈ ਤੁਸੀਂ ਜਾ ਰਹੇ ਹੋ ਕੋਈ ਇੱਕ ਬੰਦੇ ਨੂੰ ਕਿਸੇ ਨੂੰ ਮਿਲਣ ਵਾਸਤੇ ਲੀਡਰ ਕਿਹਨੂੰ ਮਿਲਣ ਜਾ ਰਹੇ ਹੋ ਹਾਂਜੀ ਕਿਹਨੂੰ ਮਿਲਣ ਜਾ ਰਹੇ ਹੋ ਰਾਜ ਕੁਮਾਰ ਸਰ ਨੂੰ ਮਿਲਣ ਜਾ ਰਹੇ ਹੋ ਤੇ ਹੁਣ ਤੁਸੀਂ ਕੀ ਡਿਮਾਂਡ ਕੀ ਕਰਦੇ ਕੀ ਮੰਗ ਕੀ ਕਰਦੇ ਕੀ ਹੋਣਾ ਚਾਹੀਦਾ ਹੁਣ ਤੇ ਵੇਖ ਲਓ ਉਹਨਾਂ ਨੇ ਸਾਡੇ ਨਾਲ ਧੱਕੇਸ਼ਾਹੀ ਡੇ ਜੇ ਕਰਨ ਕਿ ਇੱਕ ਸਾਡੇ ਚਪੇੜਾ ਮਾਰੀਆਂ ਉੱਤੋਂ ਇੰਨਾ ਕੁਝ ਕੀਤਾ ਆ ਧੱਕੇਸ਼ਾਹੀ ਕਰਦੇ ਅਸੀਂ ਵੀ ਆਪਣੇ ਵੱਲੋਂ ਚਾਹੁੰਦੇ ਹਾਂ ਕਿ ਸਾਨੂੰ ਵੀ ਇਨਸਾਫ ਮਿਲੇ ਉੱਥੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਤਕਰਾਰ ਹੋਈ ਹੈ ਜਿਸ ਦੀ ਸ਼ਿਕਾਇਤ ਦੋਵਾਂ ਧਿਰਾਂ ਵੱਲੋਂ ਹੀ ਆਈ ਹੈ ਸੀਸੀਟੀਵੀ ਵੀਡੀਓ ਨੂੰ ਖੰਗਾ ਲਿਆ ਜਾ ਰਿਹਾ ਹੈ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਉੱਪਰ ਕਾਨੂੰਨੀ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ ਜਿੱਥੇ ਜੀ ਸ਼ੇਵੀ ਨੂੰ ਆਪਣਾ ਆਜ਼ਾਦ ਨਗਰ ਦੇ ਵਿੱਚ ਨਾ ਦੋਵਾਂ ਪਾਰਟੀਆਂ ਦੀਆਂ ਇੱਕ ਪਾਸੇ ਜਸਵਿੰਦਰ ਸਿੰਘ ਅਤੇ ਦੂਸਰੇ ਪਾਸੇ ਰਿੰਕੂ ਸਾਨੂੰ ਪ੍ਰਦੀਪ ਸਿੰਘ ਦਾ ਆਪਸੀ ਟਕਰਾਅ ਹੋਇਆ ਸੀ ਉੱਥੇ ਆਪਸ ਵਿੱਚ ਇਹਨਾਂ ਦੀ ਲੜਾਈ ਝਗੜਾ ਹੋਇਆ ਸੀ ਜਿਸ ਸੰਬੰਧ ਵਿੱਚ ਦੋਵਾਂ ਪਾਰਟੀਆਂ 'ਤੇ ਸੱਟਾਂ ਲੱਗੀਆਂ ਨੇ ਉਹ ਦੋਵਾਂ ਪਾਰਟੀਆਂ ਨੂੰ ਦਾਖਲ ਦੇ ਕੇ ਦਿੱਤਾ ਗਿਆ ਸੀ ਜੋ ਹਸਪਤਾਲ ਦਾਖਲ ਨੂੰ ਤਾਂ ਤਸਦੀਕ ਕਰਕੇ ਦੋਵਾਂ ਜਿਸ ਵੀ ਪਾਰਟੀ ਦੇ ਖਿਲਾਫ ਜੁਰਮ ਬਣਦਾ ਹੋਇਆ ਉਸਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਸੀਸੀਟੀਵੀ ਵੀਡੀਓ ਕਹਿ ਰਹੇ ਜੀ ਹਾਂ ਤਾਂ ਇਸ ਸੰਬੰਧ ਸਾਨੂੰ ਸੀਸੀਟੀਵੀ ਵੀਡੀਓ ਉੱਥੇ ਇੱਕ ਮਿਲੀ ਆ ਉਸਦੀ ਜਾਂਚ ਕੀਤੀ ਜਾ ਰਹੀ ਆ ਵੀਡੀਓ ਦੇ ਆਧਾਰ 'ਤੇ ਜੋ ਵੀ ਲੋਕ ਦੋਸ਼ੀ ਪਾਏ ਗਏ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਗੱਡੀ ਤੋੜਭੰਨ ਦੱਸੀ ਜਾ ਰਹੀ ਹਾਂ ਅਤੇ ਜਿਹੜੀ ਗੱਡੀ ਉੱਥੇ ਤੋੜਭੰਨ ਹੋਈ ਹੈ ਉਸ ਸੰਬੰਧ ਵੀ ਗੱਡੀ ਦੇ ਸੰਬੰਧ ਜਿਹੜਾ ਵੀ ਦੋਸ਼ੀਆਂ ਨੇ ਕਾਰਵਾਈ ਕੀਤੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਉਹਨਾਂ ਨੇ ਵੀ ਇਲਜ਼ਾਮ ਲਾਇਆ ਕਿ ਮਹੱਲੇ ਦੇ ਵਿੱਚ ਕੋਈ ਲੇਡੀ ਹੈ ਜਿਹੜੀ ਸ਼ਰਾਬ ਵੇਚਦੀ ਹੈ ਉਸ ਨੂੰ ਲੈ ਕੇ ਜਿਹੜੀ ਇਹ ਲੜਾਈ ਹੋਈ ਹੈ ਉਸ ਸੰਬੰਧ ਵਿੱਚ ਇਸ ਲੜਾਈ ਤੋਂ ਪਹਿਲਾਂ ਹੀ ਮਹੱਲੇ ਦੇ ਵਿੱਚ ਜੋ ਲੋਕ ਸ਼ਰਾਬ ਵੇਚਦੇ ਸੀ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਜਿਹੜਾ ਵਾ ਅਦਾਲਤ ਵਿੱਚ ਪੇਸ਼ ਕਰਕੇ ਪੱਟੀ ਜੇਲ੍ਹ 'ਚ ਭੇਜਿਆ ਜਾ ਚੁੱਕਾ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਜੀਵੇ ਪੰਜਾਬ ਟੀਵੀ